ਪ੍ਰੋਗਰਾਮ ਦਾ ਸੰਗੋਤਾ ਸ਼ੋਅ ਚ ਚਾਰ ਦਿਨਾਂ ਦੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿਗਾ ਸਵਾਗਤ ਹੈ ਜੀ ਜਿਹੜੀਆਂ ਹੌਲਿਡੇ ਸੀਜ਼ਨ ਕਰਕੇ ਛੁੱਟੀਆਂ ਸੀਗੀਆਂ ਇਸ ਕਰਕੇ ਪ੍ਰੋਗਰਾਮ ਨਹੀਂ ਪੇਸ਼ ਕੀਤਾ ਜਾ ਸਕਿਆ ਖੇਮਾਂ ਦੇ ਜਾ ਚਕਾਂ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਾਂਗੇ ਜਿਹੜੀ ਖੱਜਲ ਖਵਾਰੀ ਇਸ ਛੁੱਟੀਆਂ ਦੇ ਸੀਜ਼ਨ ਦੇ ਵਿੱਚ ਹੋਈ ਆ ਸੋ ਹੋਇਆ ਕੀ ਆ ਕਿ ਕੈਨੇਡਾ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਬਰਫਬਾਰੀ ਹੋਈ ਬਰਫਬਾਰੀ ਇੰਨੀ ਜ਼ਿਆਦਾ ਸੀਗੀ ਕਿ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਕੈਨੇਡਾ ਦੇ ਵਿੱਚ ਅਡੜ ਥਾਂ ਦੇ ਉੱਤੇ ਅਡੜ ਹਾਈਵੇਜ਼ ਦੇ ਉੱਤੇ ਆ ਗੱਡੀਆਂ ਦੇ ਟਰੱਕਾਂ ਦੇ ਐਕਸੀਡੈਂਟ ਹੋਏ ਆ ਬੱਸ ਪਲਟੀ ਆ ਜਿਹਦੇ ਕਾਰਨ ਮੌਤਾਂ ਹੋਈਆਂ ਗਾ ਚੱਲ ਕੇ ਤੁਹਾਨੂੰ ਵੇਰਵਾ ਵੀ ਦਵਾਂਗੇ ਤੇ ਅਮਰੀਕਾ ਦੇ ਵਿੱਚ ਤੂਫਾਨ ਬਰਫੀਲਾ ਜਿਹੜਾ ਇੰਨਾ ਖਤਰਨਾਕ ਸੀ ਕਿ 50 ਦੇ ਕਰੀਬ ਮੌਤਾਂ ਜਿਹੜੀਆਂ ਹੋਈਆਂ ਜਿਹਨਾਂ ਵਿੱਚੋਂ ਅੱਧੀਆਂ ਦੇ ਕਰੀਬ ਇਕੱਲੀਆਂ ਨਿਊਯਾਰਕ ਸਟੇਟ ਦੇ ਇੱਕ ਪਾਸੇ ਹੀ ਹੋੰਜਾਂ ਇੰਨੀ ਠੰਡ ਪਈ ਇੰਨੀ برف ਪਈ ਆ ਕਿ ਬਹੁਤ ਸਾਰੇ ਲੋਕ ਆਪਣੀਆਂ ਗੱਡੀਆਂ 'ਚ ਫਸ ਗਏ ਬਹੁਤ سارے ਲੋਕ ਘਰਾਂ ਦੇ ਵਿੱਚ ਹੀ ਰਹਿ ਗਏ ਤੇ ਕੁਝ ਜਿਹੇ ਵੀ ਸਗੇ ਕਿ ਜਿਹੜੇ ਬਾਹਰ ਸੜਕ ਸਾਫ਼ ਕਰ ਰਹੇ ਸਗੇ ਸਨੋ ਹਟਾ ਰਹੇ ਸਗੇ ਤੇ ਉਹ ਬਰਫ਼ੀਲੇ ਤੂਫਾਨ ਦੀ ਲਪੇਟ ਵਿੱਚ ਆ ਗਏ ਆਪਣਾ ਬਚਾ ਨਾ ਕਰ ਸਕੇ ਤੇ ਜਾਨ त्याग ਗਏ ਸੋ ਬੜਾ ਹੀ ਇਹ ਭਿਆਨਕ ਤੂਫਾਨ ਜਿਹੜਾ ਉਹ ਆਇਆ ਤੇ ਇਸ ਦੇ ਨਾਲ ਜਿਹੜਾ ਇੱਕ ਹੋਰ ਨੁਕਸਾਨ ਵੱਡਾ ਹੋਏ ਹੋਇਆ ਕਿ ਬਹੁਤ ਸਾਰੇ ਲੋਕਾਂ ਨੇ ਇੱਧਰ ਜਾਣ-ਜੋਣ ਦਾ ਪ੍ਰੋਗਰਾਮ ਬਣਾਇਆ ਸੀਗਾ ਕਿਸੇ ਨੇ ਕੈਨੇਡਾ ਤੋਂ ਅਮਰੀਕਾ ਆਉਣਾ ਸੀਗਾ ਕਿਸੇ ਨੇ ਅਮਰੀਕਾ ਤੋਂ ਕੈਨੇਡਾ ਉਹਨਾਂ ਦੇ ਪਲਾਨ ਜਿਹੜੇ ਧਰੇ-ਧਰੇ ਰਹਿ ਗਏ ਬਹੁਤ ਸਾਰੀਆਂ ਫਲਾਈਟਾਂ ਜਿਹੜੀਆਂ ਕੈਨਸਲ ਹੋਈਆਂ ਚਾਹੇ ਉਹ ਅਮਰੀਕਾ 'ਚ ਸੀ ਚਾਹੇ ਕੈਨੇਡਾ ਦੇ ਵਿੱਚ ਸੀਗੀਆਂ ਹਰੇਕ ਹਵਾਈ ਅੱਡੇ ਦੇ ਉੱਤੇ ਲੋਕਾਂ ਨੂੰ ਘੰਟਿਆਂ ਬਤੀਤ ਇੰਤਜ਼ਾਰ ਕਰਨਾ ਪਿਆ 10-10 12-12 ਘੰਟੇ ਲੋਕੀ ਟਰਮੀਨਲ ਦੇ ਉੱਤੇ ਸਟਕ ਰਹੇ ਕਈ ਜਹਾਜ਼ਾਂ ਦੇ ਵਿੱਚ ਤਿੰਨ-ਤਿੰਨ ਚਾਰ-ਚਾਰ ਘੰਟੇ ਬੈਠੇ ਰਹੇ ਹੁਣ ਇਹ ਜਿਹੜਾ ਨਜ਼ਲਾ ਸਾਰਾ ਹੈਗਾ ਉਹ 에ਅ ਲਾਈਨਜ਼ 'ਤੇ ਝਾੜਿਆ ਜਾ ਰਿਹਾ ਜਿਹ ਪ੍ਰਬੰਧਕ ਨੇ ਹਵਾਈ ਅੱਡਿਆਂ ਦੇ ਉੱਤੇ ਝਾੜਿਆ ਜਾ ਰਿਹਾ ਕਿ ਜਿਹੜੇ ਮਸਾਫਰ ਉੱਥੇ ਬੈਠੇ ਸੀਗੇ ਇੰਨੇ ਘੰਟਿਆਂ ਵੱਧ ਇਹਨਾਂ ਨੂੰ ਫਸ ਕੇ ਉੱਥੇ ਰਹਿਣਾ ਪਿਆ ਉਹਨਾਂ ਦੇ ਖਾਣ ਪੀਣ ਦਾ ਪਾਣੀ ਦਾ ਤੇ ਉਹਨਾਂ ਦੇ ਵਾਸਤੇ ਕੋਈ ਹੋਰ ਪ੍ਰਬੰਧ ਜਿਹੜੇ ਨਹੀਂ ਸੀਗੇ ਇਸ ਸਬੰਧੀ ਲੋਕ ਇਕੱਠੇ ਹੋ ਰਹੇ ਆ ਤੇ ਕੋਈ ਵੱਡੀ ਗੱਲ ਨਹੀਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ 에ਅਰਲਾਈਨਸ ਨੂੰ ਜਿਹੜਾ ਸਮੂਹਿਕ ਮੁਕਾਦਮੇ ਦਾ ਸਾਹਮਣਾ ਕਰਨਾ ਪੈ ਜਾਵੇ ਕਿਉਂਕਿ ਬੜੇ ਨਾਰਾਜ਼ ਆ ਲੋਕ ਉਹ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ 에ਅਰਲਾਈਨਸ ਨੂੰ ਪ੍ਰਬੰਧ ਕਰਨਾ ਚਾਹੀਦਾ ਸੀਗਾ ਉਹ ਹੋਇਆ ਨਹੀਂ ਹੈਗਾ ਲੋਕ ਆਪਣੇ ਮਿੱਥੇ ਸਮੇਂ ਦੇ ਘਰੋਂ ਆ ਗਏ ਸੀ ਉਸ ਤੋਂ ਬਾਅਦ 에ਅਰਲਾਈਨਸ ਦਾ ਪ੍ਰਬੰਧ ਹੁੰਦਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇਕਰ ਫਲਾਈਟ ਡਿਲੇ ਹੁੰਦੀ ਹੈ ਤਾਂ ਜਿਹੜੇ ਮੁਸਾਫਰਾਂ ਨੂੰ ਸਾਹਮਣਾ ਕਿਵੇਂ ਆ ਉਹਨਾਂ ਨੂੰ ਹੋਟਲ ਦੇਣੇ ਆ ਜਾਂ ਉਹਨਾਂ ਨੂੰ ਖਾਣ ਪੀਣ ਦੇ ਵਾਸਤੇ ਕੁਝ ਮੁਹੱਈਆ ਕਰਾਉਣਾ ਜੇ ਕਿਸੇ ਨੂੰ ਬਿਮਾਰੀ ਠਮਾਰੀ ਆ ਤਾਂ ਦਵਾਈ ਦੇਣੀ ਆ ਇਹੋ ਜਿਹਾ ਕੋਈ ਵੀ ਪ੍ਰਬੰਧ ਨਹੀਂ ਸੀਗਾ ਜਿਸ ਕਰਕੇ ਹੁਣ ਲੋਕ ਫੇਸਬੁੱਕ 'ਤੇ ਜ ਟਵਿੱਟਰ ਸਪੇਸ ਜਿਹੜੀ ਯੂਜ਼ ਕਰਕੇ ਇਕੱਠੇ ਹੋਣ ਦੀ ਦੁਹਾਈ ਦੇ ਰਹੇ ਆ ਥਰਮਿਕ ਡਿਲੇ ਵਿਕਟਮ ਜਿਹਨਾਂ ਨੂੰ ਨਾਂ ਦਿੱਤਾ ਗਿਆ ਤੇ ਹੌਣ ਵਾਲੇ ਦਿਨਾਂ ਚ ਇਕੱਠੇ ਹੋ ਕੇ ਇਹ ਅਨਲਾਈਨ ਤੇ ਮੁਕੱਦਮਾ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਹਾਲਾਤ ਇਹ ਹੋਏ ਆ ਵੀ ਨਾਰਥ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸੁੱਕਾ ਪਿਆ ਆ ਕਿਸੇ ਪਾਸੇ ਹੜਾਏ ਹੋਏ ਆ ਕੈਨੇਡਾ ਦੇ ਵਿੱਚ ਕਦੀ ਗਰਮੀ ਦੇ ਨਾਲ ਮੌਤਾਂ ਹੋ ਜਾਂਦੀਆਂ ਕਦੀ ਬਰਫਵਾਰੀ ਇੰਨੀ ਪੈ ਜਾਂਦੀ ਆ ਕਿ ਐਕਸੀਡੈਂਟ ਹੋ ਜਾਂਦੇ ਆ ਹਾਈਵੇਜ਼ ਬੰਦ ਕਰਨੇ ਪੈ ਜਾਂਦੇ ਆ ਇੰਨੀ ਕਿਨੋਹ ਪੈ ਜਾਂਦੀ ਆ ਕਿ ਬ੍ਰਿਜ ਬੰਦ ਕਰਨੇ ਪੈ ਜਾਂਦੇ ਆ ਲੋਅਰ ਮੇਨਲੈਂਡ ਦੇ ਵਿੱਚ ਤੋਂ ਵੱਡੇ ਬ੍ਰਿਜ ਨੇ ਪੋਰਟਮੈਨ ਬ੍ਰਿਜ ਦੇ ਨਾਲ ਉਹਦੇ ਹੈਗਾ ਐਲੈਕਸ ਫ੍ਰਾਈਜ਼ਰ ਬ੍ਰਿਜ ਜਿਹੜੇ ਕਿ ਗ੍ਰੇਟਰ ਵੈਨਕੂਵਰ ਦੇ ਸ਼ਹਿਰਾਂ ਨੂੰ ਇੱਕ ਦੂਜੇ ਦੇ ਨਾਲ ਜੋੜਦੇ ਆ ਉਹ ਤਾਂ ਥੋੜੀ ਜਿਹੀ ਸਨੋ ਪੈਣ ਦੇ ਉੱਤੇ ਬੰਦ ਹੋ ਜਾਂਦੇ ਆ ਉਹ ਇਸ ਵਾਸਤੇ ਹੁਣ ਲੋਕ ਜਿਹੜੇ ਇਹ ਵੀ ਮੰਗ ਕਰ ਰਹੇ ਆ ਕਿ ਜਿਹੜੇ ਅਗਾਹ ਬ੍ਰਿਜ ਬਣਨੇ ਆ ਜਿਵੇਂ ਕਿ ਪੋਰਟਮਨ ਤੇ ਐਲੈਕਸ ਫ੍ਰਾਈਜ਼ ਦੀ ਤਰਜ਼ ਦੇ ਉੱਤੇ ਵਿਚਾਲੇ ਪਟੋਲੋ ਬ੍ਰਿਜ ਰੀਪਲੇਸ ਹੋਣਾ ਪੁਰਾਣਾ ਬ੍ਰਿਜ ਹਟਾ ਕੇ ਉਹਦੀ ਜਗ੍ਹਾ ਨਵਾਂ ਬ੍ਰਿਜ ਬਣਾਇਆ ਜਾਣਾ ਸੋ ਲੋਕਾਂ ਦੀ ਇਹ ਮੰਗ ਹੈ ਕਿ ਉਹ ਇਸ ਡਿਜ਼ਾਈਨ ਦੇ ਨਾਲ ਬਣਾਇਆ ਜਾਵੇ ਕਿ ਉਹ ਸਨੋ ਦੇ ਡਰ ਕਾਰਨ ਬੰਦ ਨਾ ਕਰਨਾ ਪਵੇ। ਇਲੈਕਟ੍ਰਿਕ ਫ੍ਰੀਜ਼ਰ ਬ੍ਰਿਜ ਇੱਕ ਲਟਕਦਾ ਬ੍ਰਿਜ ਆ ਤਾਰਾਂ ਦੇ ਉੱਤੇ। ਪੋਰਟਮੈਨ ਬ੍ਰਿਜ ਵੀ ਇਸੇ ਤਰੀਕੇ ਨਾਲ ਬਣਾਇਆ ਗਿਆ। ਜਿਨ੍ਹਾਂ ਤਾਰਾਂ ਦੇ ਉੱਤੇ ਬੜਾ ਲੰਮਕਦਾ ਭਾਰ ਜਿਨਾ ਤਾਰਾਂ ਹੋਏ ਨੇ ਚੱਕਿਆ ਉਹਨਾਂ ਦੇ ਉੱਤੇ ਬਰਫ਼ ਜੰਮ ਜਾਂਦੀ ਹੈ ਤੇ ਬਰਫ਼ ਜੰਮਣ ਤੋਂ ਬਾਅਦ ਜਦੋਂ ਡਿੱਗਦੀ ਹੈ ਥੱਲੇ ਤਾਂ ਉਹ ਫਿਰ ਗੱਡੀਆਂ ਦੇ ਉੱਤੇ ਵੱਜਦੀ ਹੈ ਤੇ ਜਿਹਦੇ ਨਾਲ ਕਈ ਗੱਡੀਆਂ ਟੁੱਟੀਆਂ ਆ ਐਕਸੀਡੈਂਟ ਦਾ ਸ਼ਿਕਾਰ ਹੋਈਆਂ ਇਸ ਕਰਕੇ ਬ੍ਰਿਜੇ ਬੰਦ ਕਰ ਦਉਂਦੇ ਆ ਸੋ ਕਹਿੰਦਾ ਵੀ ਜਿਹੜਾ ਬ੍ਰਿਜ ਗਾਹ ਬਣਾਉਣਾ ਆ ਉਹ ਇਸ ਹਿਸਾਬ ਦੇ ਨਾਲ ਬਣਾਇਆ ਜਾਵੇ ਇਸ ਤਕਨੀਕ ਦੇ ਨਾਲ ਇਸ ਡਿਜ਼ਾਈਨ ਦੇ ਨਾਲ ਬਣਾਇਆ ਜਾਵੇ ਕਿ ਉਹਨੂੰ ਬੰਦ ਨਾ ਕਰਨਾ ਪਵੇ ਕਿਉਂਕਿ ਲੋਕਾਂ ਦੀ ਫਿਰ ਖੱਜਲ ਖਵਾਰੀ ਜਿਹੜੀ ਆ ਉਹ ਬਹੁਤ ਹੁੰਦੀ ਆ ਗੱਲ ਕੈਨੇਡਾ ਨਾਲ ਸੰਬੰਧਿਤ ਇੱਕ ਹੋਰ ਕਰਨੀ ਆ ਉਹ ਇਸ ਤਰ੍ਹਾਂ ਕਿ ਪੰਜਾਬੀ ਦੇ ਪ੍ਰਸਿੱਧ ਅਦਾਕਾਰ ਗਾਇਕ ਹਰਭਜਨ ਰਮਾਨ ਉਹਨਾਂ ਦੇ ਉੱਤੇ ਦੋ ਕੈਨੇਡੀਅਨ ਵਿਅਕਤੀਆਂ ਨੇ ਦੋਸ਼ ਲਾਏ ਆ ਕਿ ਉਹਨਾਂ ਦੇ ਨਾਲ 2.5 ਕਰੋੜ ਰੁਪਏ ਦੀ ਠੱਗੀ ਵਜ ਗਈ ਆ ਉਹਨਾਂ ਦੀ ਇੱਕ ਹਾਲੀ ਦੇ ਵਿੱਚ ਫਿਲਮ ਰਿਲੀਜ਼ ਹੋਈ ਸੀ ਪੀਆਰ ਜਿਹਦੀ ਸ਼ੂਟਿੰਗ ਕੈਨੇਡਾ ਦੇ ਵਿੱਚ ਵੀ ਹੋਈ ਸੀ ਸੋ ਇਹਦੇ ਵਿੱਚ ਜਿਹੜੇ ਵੱਡੇ ਪ੍ਰੋਡਿਊਸਰ ਸੀਗੇ ਨਾਲ ਦੋ ਜਾਣੇ ਉਹ ਕੈਨੇਡਾ ਦੇ ਸੀਗੇ ਐਡਵੈਂਟਨ ਤੋਂ ਹਰਵਿੰਦਰ ਸਰਾਹ ਤੇ ਸਰੀ ਤੋਂ ਦਰਸ਼ਨ ਰੰਗੀ ਜਿਹੜੇ ਕਿ ਪਹਿਲੇ ਲੰਬੇ ਸਮੇਂ ਤੋਂ ਹਰਭਜਨ ਮਾਨ ਦੇ ਵਕਫ ਸੀਗੇ ਹੁਣ ਇਹਨਾਂ ਨੇ ਮਹਾਲੀ ਅਦਾਲਤ ਦੇ ਵਿੱਚ ਜਾ ਕੇ ਮੁਕੱਦਮਾ ਇਹ ਕੀਤਾ ਕਿ ਹਰਭਜਨ ਮਾਨ ਜਿਹੜੇ ਆ ਉਹ ਹਿਸਾਬ ਕਿਤਾਬ ਦੇ ਵਿੱਚ 2.5 ਕਰੋੜ ਰੁਪਏ ਜਿਹੜੇ ਆ ਉਹਨਾਂ ਦੀ ਧੋਖਾਧੜੀ ਕਰ ਗਏ ਆ ਦੋਸ਼ ਇਹ ਲਾਏ ਗਏ ਆ ਕਿ ਫਿਲਮ ਦਾ ਕੁੱਲ ਬਜਟ ਤਕਰੀਬਨ 8.5 ਲੱਖ ਕੈਨੇਡੀਅਨ ਡਾਲਰ ਸੀ ਜਿਹੜਾ ਕਿ ਤਕਰੀਬਨ 5 ਕਰੋੜ ਰੁਪਈਆ ਬਣ ਜਾਂਦਾ ਆ ਤੇ ਸਮਝੌਤਾ ਇਹ ਹੋਇਆ ਸੀਗਾ ਕਿ ਤੇ ਉਹਦੇ ਵਿੱਚੋਂ ਅੱਧੇ ਜਿਹੜੇ ਆ ਇਹ ਕੈਨੇਡਾ ਬੈਠੇ ਇਨਵੈਸਟਰਸ ਨੇ ਲਾਉਣੇ ਸੀ ਤੇ ਅੱਧੇ ਪੈਸਿਆਂ ਦਾ ਇੰਤਜ਼ਾਮ ਹਰਪਜਨ ਮਾਨ ਹੋਣਾ ਨੇ ਕਰਨਾ ਸੀ ਪਰ ਦੋਸ਼ ਇਹ ਲਾਏ ਗਏ ਆ ਕਿ ਹਰਪਜਨ ਮਾਨ ਹੋਣਾ ਵੱਲੋਂ ਆਪਣੇ ਹਿੱਸੇ ਦੇ ਪੈਸੇ ਨਹੀਂ ਪਾਏ ਗਏ ਫਿਲਮ ਜਿਹੜੀ ਆ ਪ੍ਰੋਪਰ ਚੱਲੀ ਨਹੀਂ ਘਾਟਾ ਪੈ ਗਿਆ ਇਸ ਕਰਕੇ ਉਹ ਸਾਰਾ ਘਾਟਾ ਜਿਹੜਾ ਨਾ ਜਿਹੜੇ ਕੈਨੇਡੀਅਨ ਨਿਰਮਾਤਾ ਨੇ ਹਰਵਿੰਦਰ ਸਰਾ ਅਤੇ ਦਰਸ਼ਨ ਰੰਗੀ ਉਹਨਾਂ ਨੂੰ ਜਿਹੜਾ ਸਾਹਮਣਾ ਕਰਨਾ ਪਿਆ तकरीबन 475000 ਡਾਲਰ ਕਿਹਾ ਜਾ ਰਿਹਾ ਸੋ ਇਸ ਸਬੰਧੀ ਪੰਜਾਬ ਦੀ ਮਹਾਲੀ ਅਦਾਲਤ ਵਿੱਚ ਰਪਜਨ ਮਾਨ ਉਹਨਾਂ ਦੇ ਖਿਲਾਫ ਇਹ ਮੁਕੱਦਮਾ ਸਿਵਲ ਕੋਰਟ ਵਿੱਚ ਦਰਜ ਕਰਾਇਆ ਗਿਆ ਤੇ ਦੂਜੇ ਪਾਸੇ ਰਪਜਨ ਮਾਨ ਹੋਣ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਰਹੇ ਆ ਉਹ ਕਹਿੰਦੇ ਵੀ ਇਸ ਸਮਝੌਤੇ ਦੀ ਕੋਈ ਲੰਘਣਾ ਨਹੀਂ ਕੀਤੀ ਸੋ 9 ਜਨਵਰੀ 2023 ਤੱਕ ਉਹਨਾਂ ਨੂੰ ਅਦਾਲਤ ਦੇ ਵਿੱਚ ਆਪਣਾ ਜਵਾਬੀ ਹਲਫਨਾਮਾ ਦਾਇਰ ਕਰਨਾ ਪੈਣਾ ਹੈ ਕੇਸ ਲੰਮਾ ਜਾ ਸਕਦਾ ਹੈ ਹੁੰਦਾ ਕੀ ਹੈ ਕਿ ਹੁਣ ਕੈਨੇਡਾ ਦੇ ਵਿੱਚ ਕੋਈ ਤਨ ਸੁੱਕਾ ਜਾਂਦਾ ਜਿੱਦਨ ਕਿਸੇ ਪੰਜਾਬੀ ਦੀ ਮੌਤ ਨਹੀਂ ਹੁੰਦੀ ਹੁਣ ਜਿਵੇਂ ਅੱਜ ਚਾਰਾਂ ਚੌਂ ਦਿਨਾਂ ਦੇ ਬਾਅਦ ਆਪਾਂ ਪ੍ਰੋਗਰਾਮ ਕਰ ਰਹੇ ਆਂ ਤਾਂ ਮੌਤਾਂ ਵੀ ਜਿਹੜੀਆਂ ਨਾਲੇ ਜਮਾ ਹੋ ਜਾਂਦੀਆਂ ਸੋ ਹੁਣ ਜਿਹੜੀ ਪਹਿਲੀ ਗੱਲ ਆਪਾਂ ਕਰਾਂਗੇ ਉਹ ਕਰਾਂਗੇ ਕਲੋਨੀ ਤੋਂ ਵੈਨਕੂਵਰ ਨੂੰ ਆ ਰਹੀ ਬੱਸ ਅਲਬਰਟਾ ਦੀ ਇੱਕ ਕੰਪਨੀ ਈ ਬੱਸ ਆ ਜਿਹੜੀ ਕਿ ਇਸ ਰੂਟ ਦੇ ਉੱਤੇ ਬੱਸਾਂ ਚਲਾਉਂਦੀ ਆ ਉਹਨਾਂ ਦੀ ਬੱਸ ਹਾਦਸਾ ਗ੍ਰਸਤ ਹੋ ਗਈ ਹਾਦਸਾ ਗ੍ਰਸਤ ਹੋਣ ਦੇ ਨਾਲ ਚਾਰ ਜਿਹੜੇ ਆ ਲੋਕ ਚਾਰ ਮਸਾਫਰ ਮਾਰੇ ਗਏ ਵਿਆਦ ਦੇ ਕਰੀਬ ਸਖਤ ਜ਼ਖਮੀ ਹੋਏ ਉਹਨਾਂ ਵਿੱਚੋਂ ਦੋ ਦੀ ਹਾਲਤ ਜਿਹੜੀ ਕਾਫੀ ਗੰਭੀਰ ਦੱਸੀ ਜਾ ਰਹੀ ਸੀ ਪਰ ਤਾਜ਼ਾ ਜਾਣਕਾਰੀ ਦੇ ਮੁਤਾਬਕ ਉਹ ਵੀ ਹੁਣ ਸਿਹਤਯਾਬ ਹੋ ਰਹੇ ਆ ਉਹਨਾਂ ਦੀ ਜਾਨ ਨੂੰ ਖਤਰਾ ਜਿਹੜਾ ਉਹ ਟਲ ਗਿਆ ਇਸ ਹਾਦਸੇ ਵਿੱਚ ਮਾਰੇ ਗਏ ਚਾਰ ਜਣਿਆਂ ਵਿੱਚੋਂ ਇੱਕ ਪੰਜਾਬੀ ਸਨ ਕਰਨ ਜੋ ਸਿੰਘ ਸੋਢੀ ਉਮਰ 41 ਸਾਲ ਪੰਜਾਬ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਸ਼ਹੂਰ ਹੈਗਾ ਬਤਾਲਾ ਬਤਾਲਾ ਸਟੇਾਲਾ ਦੋਵੇਂ ਪਿੰਡ ਇਕੱਠੇ ਵੱਜਦੇ ਆ ਸੋ ਬਤਾਲੇ ਤੋਂ ਕਰਨੀ ਸਿੰਘ ਸੋਢੀ ਜਿਹੜੇ ਕਿ ਪਹਿਲਾਂ ਆਸਟ੍ਰੇਲੀਆ ਮੈਲਬਨ ਰਹੇ ਕਾ ਵੀ ਸਮਾਂ ਉੱਥੋਂ ਪ੍ਰਵਾਸ ਕਰਕੇ 4 ਕ ਮਹੀਨੇ ਪਹਿਲਾਂ ਹੀ ਕੈਨੇਡਾ ਪਹੁੰਚੇ ਸੀਗੇ ਉਹ ਇਸ ਬੱਸ ਵਿੱਚ ਸਵਾਰ ਸੀਗੇ ਤੇ ਚਾਰ ਮਰਨ ਵਾਲਿਆਂ ਦੇ ਵਿੱਚ ਉਹਨਾਂ ਦਾ ਨਾਂ ਵੀ ਸ਼ਾਮਲ ਸੀਗਾ ਉਹ ਕਨਾਗੰਦੇ ਵਿੱਚ BC ਦੇ ਇੰਟੀਰੀਅਰ ਇਲਾਕੇ 'ਚ ਸ਼ਹਿਰ ਓਲੀਵਰ ਆ ਉੱਥੇ ਇੱਕ ਪੰਜਾਬੀਆਂ ਦੀ ਮਸ਼ਹੂਰ ਵਾਈਨਰੀ ਆ ਜਿੱਥੇ ਵਾਈਨ ਬਣਦੀ ਆ ਉਹਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਸ਼ੈਫ ਵਜੋਂ ਕੁੱਕ ਵਜੋਂ ਕਰਮ ਜੋ ਸੋਡੀ ਕੰਮ ਕਰ ਰਿਹਾ ਸੀਗੇ ਤੇ ਛੁੱਟੀਆਂ ਕੱਟਣ ਦੇ ਵਾਸਤੇ ਆਪਣੇ ਇੱਕ ਨਜ਼ਦੀਕੀ ਨੂੰ ਮਿਲਣ ਸਰੀ ਆ ਰਹੇ ਸੀਗੇ 9:30 ਵਜੇ ਦੇ ਕਰੀਬ ਉਹਨਾਂ ਦੀ ਪਾਸ ਇੱਥੇ ਲੱਗਣੀ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਰਾਹ ਦੇ ਵਿੱਚ ਹਾਦਸਾ ਵਾਪਰ ਗਿਆ ਹੁਣ ਇਸ ਕੱਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਿਆਸਰਾਈਆਂ ਚੱਲ ਰਹੀਆਂ ਬੱਸ ਅਧਿਕਾਰੀਆਂ ਦੇ ਉੱਤੇ ਬੱਸ ਡਰਾਈਵਰ ਦੇ ਉੱਤੇ ਦੋਸ਼ ਮੜੇ ਜਾ ਰਹੇ ਕਿ ਉਹਨੇ ਬੱਸ ਜਿਹੜੀ ਆ ਤੇਜ਼ ਕੀਤੀ ਹੋਈ ਸੀਗੀ ਇਸ ਤੋਂ ਬਾਅਦ ਇੱਕ ਹਾਦਸਾ ਹੋਰ ਹੋਇਆ ਜਿਹਦੇ ਵਿੱਚ ਕੋਈ ਜਾਨ ਨਹੀਂ ਗਈ ਪਰ ਉਹ ਵੀ ਇਸੇ ਕੰਪਨੀ ਦੀ ਪਾਸ ਸੀਗੀ ਉਸ ਕਾਰ ਜਿਹੜੀ ਬੱਸ ਦੇ ਵਿੱਚ ਸਵਾਰ ਮਸਾਫਰ ਆ ਉਹਨਾਂ ਨੇ ਵੀ ਇਹੇ ਦੋਸ਼ ਲਾਇਆ ਕਿ ਇਸ ਬੱਸ ਦੇ ਡਰਾਈਵਰਸ ਨੂੰ ਅਜਿਹੇ ਮੌਸਮ ਦੇ ਵਿੱਚ ਗੱਡੀ ਚਲਾਉਣ ਦਾ ਤਜਰਬਾ ਨਹੀਂ ਹੈਗਾ ਇਸ ਕਾਰਨ ਉਹ ਜਿਹੜੀ ਦੂਜੀ ਪਾਸੇ ਆ ਹਾਸ ਅਗਰਸਤ ਹੋਈ ਉਹਨਾਂ ਨੇ ਵੀ ਇਹੀ ਜੋਛ ਲਾਇਆ ਕਿ ਗੱਡੀ ਤੇਜ਼ ਬਹੁਤ ਸੀਗੀ ਹੁਣ ਹਾਲਾਤ ਇਹ ਬਣੇ ਹੋਏ ਆ ਜਿਵੇਂ ਪਹਿਲਾਂ ਦੱਸ ਕੇ ਹਟਿਆ ਕਿ ਬਰਫ਼ਬਾਰੀ ਬਹੁਤ ਸੀਗੀ ਸੋ ਇਹ ਜਿਹੜਾ ਹਾਈਵੇਜ਼ ਆ ਜਿਹੜਾ ਵੈਨਕੂਵਰ ਤੋਂ ਕੋਲੋਨਾ ਨੂੰ ਜਾਂਦਾ 97 ਸੀ ਮੇਰਟ ਤੋਂ ਪਾਸੇ ਨੂੰ ਚੱਲੇ ਜਾਂਦਾ ਹੈ ਉਹਦੇ ਉੱਤੇ ਵੀ ਕਾਫੀ ਜਿਹੜੀ ਆ ਬਰਫ਼ਬਾਰੀ ਹੋਈ ਹੋ ਸੀਗੀ ਸਨੋ ਜੰਮੀ ਹੋ ਸੀਗੀ ਸ਼ੀਸ਼ਾ ਬਣਿਆ ਹੋਇਆ ਸੀਗਾ ਬਸ ਕੰਟਰੋਲ ਤੋਂ ਬਾਹਰ ਹੋ ਗਈ ਲੋਨ ਲੇਕ ਐਗਜ਼ਿਟ ਜਿਹੜਾ ਆਉਂਦਾ ਉਹਦੇ ਕੋਲ બસ ਜਿਹੜੀ ਆ ਪਲਟ ਕੇ ਇੱਕ ਖੱਡ ਦੇ ਵਿੱਚ ਡਿੱਗ ਪਈ ਤੇ ਕਰਨ ਜੋਗ ਸਿੰਘ ਆਪਣੇ ਪਿੱਛੇ ਪਤਨੀ ਇਸ ਦੇ ਨਾਲ ਇੱਕ 4 ਸਾਲ 6 ਸਾਲ ਦਾ ਬੇਟਾ 2 ਸਾਲ ਦੀ ਬੇਟੀ ਜਿਹੜੀ ਆ ਉਹ ਛੱਡ ਗਏ ਆ ਹੋਰ ਹੱਲੇ ਇਹਨਾਂ ਦੇ ਬਾਰੇ ਜਿਹੜੇ ਬਾਕੀ ਤਿੰਨ ਮ੍ਰਿਤਕ ਆ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੁਣ ਦੋਸ਼ ਜਿਹੜੇ ਆ ਜਿੱਥੇ ਬੱਸ ਕੰਪਨੀ ਦੇ ਉੱਤੇ ਬੱਸ ਡਰਾਈਵਰ ਦੇ ਉੱਤੇ ਲਾਏ ਜਾ ਰਹੇ ਆ ਨਾਲ ਹੀ ਨਾਲ ਬੀਸੀ ਸਰਕਾਰ ਦੇ ਉੱਤੇ ਵੀ ਦੋਸ਼ ਲੱਗ ਰਿਹਾ ਹੈ ਕਿ ਇਹਨਾਂ ਵੱਲੋਂ ਸੜਕਾਂ ਨਹੀਂ ਸਾਫ਼ ਕੀਤੀਆਂ ਜਾ ਰਹੀਆਂ। ਸੋ ਇਹ ਲੰਮੇ ਸਮੇਂ ਤੋਂ ਜਿਹੜੇ ਟਰੱਕ ਡਰਾਈਵਰ ਆ ਉਹ ਇਹ ਗੱਲ ਚੁੱਕ ਰਹੇ ਆ, ਮੁੱਦਾ ਚੁੱਕ ਰਹੇ ਆ ਕਿ ਹਰ ਰੋਜ਼ ਕੋਈ ਨਾ ਕੋਈ ਹਾਦਸਾ ਬੀਸੀ ਤੋਂ ਰੋਬਰਟ ਵਾਲੇ ਹਾਈਵੇ ਤੇ ਹੁੰਦਾ। ਇੱਕ ਤਾਂ ਵੈਸੇ ਇਹ ਹਾਈਵੇ ਬਹੁਤ ਉੱਚਾ ਆ, ਕੋਕਾ ਕੋਲਾ ਹਾਈਵੇ। ਗਰਮੀਆਂ ਦੇ ਵਿੱਚ ਜਾਓ ਤਾਂ ਵੀ ਕਈ ਵਾਰੀ ਤਾਂ ਸنوਹ ਪਈ ਹੁੰਦੀ ਆ ਤੇ ਸਾਫ਼ ਸਫਾਈ ਦਾ ਪ੍ਰਬੰਧ ਉਹ ਕਹਿੰਦੇ ਪਹਿਲਾਂ ਨਾਲੋਂ ਬਹੁਤ ਬਿਹਤਰ ਹੋ ਚੁੱਕਾ। ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ ਵੀ ਸ੍ਰੋਗ ਪੈਂਦੀ ਸੀ ਨਾਲ ਦੀ ਨਾਲ ਇਹਨੂੰ ਸਾਫ਼ ਕਰ ਦਿੱਤਾ ਜਾਂਦਾ ਸੀ ਪਿਛਲੇ ਕੁਝ ਸਾਲ ਤੋਂ ਸਮੱਸਿਆ ਕਾਫੀ ਵੱਧ ਗਈ ਹੈ ਇੱਕ ਟ੍ਰੈਫਿਕ ਵੱਧ ਗਿਆ ਦੂਜਾ ਜਿਹੜੇ ਗੈਰ ਤਜਰਬੇਕਾਰ ਡਰਾਈਵਰ ਟਰੱਕ ਚਲਾਉਣ ਵਾਲੇ ਆ ਉਹ ਵੀ ਵਧੇ ਆ ਇਸ ਸਬੰਧੀ ਵੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਤੀਜੀ ਗੱਲ ਹੈਗੀ ਆ ਕਿ ਜਿਹੜੀਆਂ ਕੰਪਨੀਆਂ ਦੇ ਕੋਲ ਠੇਕਾ ਦਿੱਤਾ ਹੋਇਆ ਇਹ ਸਾਈਵੇ ਨੂੰ ਸਾਫ਼ ਕਰਨ ਦਾ ਉਹਨਾਂ ਦੇ ਉੱਤੇ ਇਹ ਦੋਸ਼ ਲਾਇਆ ਜਾ ਰਿਹਾ ਕਿ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੇ ਤੇ ਸਰਕਾਰ ਉਹਨਾਂ ਕੋਲੋਂ ਜਵਾਬ ਦੇ ਹੀ ਨਹੀਂ ਕਰ ਰਹੀ ਇਸੇ ਕਾਰਨ ਲਗਾਤਾਰ ਜਿਹੜੇ ਹਾਦਸੇ ਵਾਪਰੇ ਆ ਹਰ ਹਫਤੇ ਕੋਈ ਨਾ ਕੋਈ ਖਬਰ ਜਈ ਆਉਂਦੀ ਆ ਕਿ ਬੀਸੀ ਤੋਂ ਲਵਰਟ ਵਾਲੇ ਜਿਹੜਾ ਹਾਈਵੇ ਆ ਇਹਦੇ ਉੱਤੇ ਕੋਈ ਟਰੱਕ ਪਲਟ ਗਿਆ ਜਾਂ ਟਰੱਕ ਪਲਟਣ ਦੇ ਕਾਰਨ ਕਿਸੇ ਚਾਲਕ ਦੀ ਮੌਤ ਨਹੀਂ ਹੋ ਮੌਤ ਜਿਹੜੀ ਆ ਹੋ ਗਈ ਆ ਸੋ ਬੀਸੀ ਦੇ ਟਰਾਂਸਪੋਰਟ ਵਿਭਾਗੇ ਤੱਕ ਟਰਾਂਸਪੋਰਟ ਮੰਤਰੀ ਤੱਕ ਟਰੱਕ ਡਰਾਈਵਰ ਜਿਹੜੇ ਆ ਬਾਰ-ਬਾਰ ਅਪੀਲ ਕਰ ਰਹੇ ਆ ਕਿ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਜਿਹੜੇ ਡਰਾਈਵਰ ਚੱਲ ਰਹੇ ਆ ਇਸ ਹਾਈਵੇ ਦੇ ਉੱਤੇ ਇੱਕ ਤਰੀਕੇ ਦੇ ਨਾਲ ਮੌਤ ਦੇ ਨਾਲ ਲੁਕਣ ਬੀਜ਼ੀ ਲੁਕਣ ਮੀਚੀ ਖੇਡ ਕੇ ਚੱਲ ਰਹੇ ਆ ਤੇ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਉੱਥੇ ਹਾਦਸਾ ਵਾਪਰ ਜਾਵੇ ਸੁਵੇਤਾ ਸੀ ਕਰਨਜੋ ਸਿੰਘ ਸੁੱਢੀ ਉਹਨਾਂ ਦੀ ਕਾਲਜ ਦੇ ਨਾਲ ਤਿੰਨ ਮੌਤਾਂ ਜਿਹੜੀਆਂ ਕੈਨੇਡਾ 'ਚ ਹੋਈਆਂ ਖਾਸ ਕਰਕੇ ਵੈਸਟਰਨ ਕੈਨੇਡਾ ਦੀ ਆਪਾਂ ਗੱਲ ਕਰੀਏ ਦੋ ਮੌਤਾਂ ਸਰੀ ਦੇ ਵਿੱਚ ਹੋਈਆਂ ਇੱਕ ਮੌਤ ਜਿਹੜੀ ਆ ਉਹ ਅਲਬਰਟਾ ਦੇ ਵਿੱਚ ਹੋਈ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੁਰਵਿੰਦਰਜੀਤ ਸਿੰਘ ਉਹਨਾਂ ਦੀ ਜਿਹੜੀ ਕਿ ਤੁਸੀਂ ਤਸਵੀਰ ਦੇ ਵਿੱਚ ਸਭ ਤੋਂ ਖੱਬੇ ਹੱਥ ਦੇਖ ਰਹੇ ਆ ਜਿਹੜੇ ਇਸ ਨੌਜਵਾਨ ਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਆ ਇਹਨਾਂ ਘਲਾਈਆਂ ਹੋਈਆਂ 25 ਸਾਲਾਂ ਦਾ ਨੌਜਵਾਨ ਗੁਰਵਿੰਦਰਜੀਤ ਸਿੰਘ ਇਹਦੀ ਭੇਦ ਭਰੀ ਹਾਲਤ ਵਿੱਚ ਮੌਤ ਹੋਈ ਆ ਇਹਦੀ ਲਾਸ਼ ਪੁਲਿਸ ਨੂੰ ਘਰ ਦੇ ਵਿੱਚੋਂ ਬਰਾਮਦ ਹੋਈ ਹੈ ਪਰਿਵਾਰਕ ਸੋਤਰਾ ਨੇ ਨਿਊਜ਼ੀਲੈਂਡ ਤੋਂ ਸਾਨੂੰ ਦੱਸਿਆ ਕਿ ਮੌਤ ਬੇਸ਼ੱਕ 2 ਦਸੰਬਰ ਨੂੰ ਹੋਈ ਸੀ ਪਰ ਹੁਣ ਜਾਣਕਾਰੀ ਜਿਹੜੀ ਆ ਬਾਹਰ ਆਈ ਆ ਹੱਲੇ ਵੀ ਪੁਲਿਸ ਨੇ ਆਟੌਪਸੀ ਰਿਪੋਰਟ ਜਿਹੜੀ ਆ ਜਾਰੀ ਨਹੀਂ ਕੀਤੀ ਹੈਗੀ ਮਤਲਬ ਕਿ ਪੋਸਟਮਾਰਟਮ ਹੋਣਾ ਬਾਕੀ ਆ ਪਤਾ ਲੱਗਣਾ ਬਾਕੀ ਆ ਕਿ ਮੌਤ ਦਾ ਕਾਰਨ ਕੀ ਬਣਿਆ ਜੀ ਸੋ ਜਿਹੜੀ ਕੱਲ ਪਰਿਵਾਰ ਨੇ ਦੱਸੀ ਉਹਨਾਂ ਦੇ ਮੁਤਾਬਕ ਮੌਤ ਤੋਂ ਤਕਰੀਬਨ 2 ਕ ਮਹੀਨੇ ਪਹਿਲਾਂ ਇਹ ਸਰੀ ਮੈਮੋਰੀ ਹਸਪਤਾਲ ਦੇ ਵਿੱਚ ਇਹ ਨੌਜਵਾਨ ਜਿਹੜਾ ਦਾਖਲ ਰਿਹਾ ਵੀਜ਼ਾ 16 ਦੇ ਵਿੱਚ ਸਟੂਡੈਂਟ ਵੀਜ਼ੇ ਤੇ ਇੱਥੇ ਪਧਾਰਿਆ ਸੀਗਾ 218 ਦੇ ਵਿੱਚ ਇਹਨੂੰ ਪੀਆਰ ਮਿਲੀ ਆ ਪਰ ਇਹ ਮਾਨਸਿਕ ਤਣਾਅ ਦੇ ਵਿੱਚ ਘਿਰਿਆ ਰਿਹਾ ਬਾਈਪੋਲਰ ਨਾਲ ਹੀ ਬਿਮਾਰੀ ਦੇ ਨਾਲ ਹਸਪਤਾਲ ਰਹਿਣਾ ਪਿਆ ਤੇ ਹੁਣ ਅਚਾਨਕ ਪਰਿਵਾਰ ਨੂੰ ਮੌਤ ਦੀ ਖਬਰ ਜਿਹੜੀ ਆ ਮਿਲੀ ਆ ਸੋ ਗਵਿੰਦਰਜੀਤ ਸਿੰਘ ਦਾ ਪਹਿਲਾ ਪਿੰਡ ਪੱਤੀ ਨਵੀਪਕਸ਼ ਡਾਕਖਾਨਾ ਠਟਾ ਨਜ਼ਦੀਕ ਸultanpur lodi ਦੱਸਿਆ ਗਿਆ ਜੀ ਤੇ ਪਰਿਵਾਰ ਵੱਲੋਂ ਇਸ ਦਾ ਜਿਹੜਾ ਮ੍ਰਿਤਕ ਸਰੀਰ ਆ ਉਹ ਪੰਜਾਬ ਲਿਜਾ ਕੇ ਸਸਕਾਰ ਕਰਨ ਦੀਆਂ ਕੋਸ਼ਿਸ਼ਾਂ ਹੋਣਗੀਆਂ ਹੱਲੇ ਟੋਪਸੀ ਦੀ ਜਿਹੜੀ ਇੱਕ ਜਿਹੜੀ ਆ ਉਹ ਚੱਲ ਰਹੀ ਆ ਵਿਚਕਾਰ ਵਾਲੀ ਤਸਵੀਰ ਸਰਦਾਰ ਅਮਰਿੰਦਰ ਸਿੰਘ ਹੁਣਾਂ ਦੀ ਆ ਉਮਰ 38 ਸਾਲ ਇਹਨਾਂ ਦੀ ਸਰੀਰ ਦੇ ਵਿੱਚ ਕੰਮ ਦੇ ਉੱਤੇ ਲੱਗੀ ਸੱਟ ਦੇ ਕਾਰਨ ਮੌਤ ਹੋ ਗਈ ਆ ਸਖਤ ਜ਼ਖਮੀ ਹਾਲਤ ਵਿੱਚ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਦਿਮਾਗੀ ਸੱਟ ਸਗੀ ਸਰਜਰੀ ਕੀਤੀ ਗਈ ਪਰ ਫਿਰ ਵੀ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ ਪੰਜਾਬ ਦੇ ਸ਼ਹਿਰ ਮੋਹਾਲੀ ਤੋਂ ਕਿੱਤੇ ਵਜੋਂ ਇੰਜੀਨੀਅਰ ਦੱਸੇ ਜਾ ਰਹੇ ਅਮਰਿੰਦਰ ਸਿੰਘ ਜਿਹੜੇ ਆ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਛੋਟਾ ਬੱਚਾ ਛੱਡ ਗਏ ਆ ਇਹ ਸੇ ਤਰੀਕੇ ਜਿਹੜੀ ਤੀਜੀ ਮੌਤ ਆ ਉਹ ਕੈਲਰੀ ਤੋਂ ਕੈਲਰੀ ਤੋਂ ਜਸਵੰਤ ਸਿੰਘ ਜਸਕਰਨ ਸਿੰਘ ਜੋਸਨ ਨਾਂ ਦਾ ਨੌਜਵਾਨ ਉਮਰ 22 ਸਾਲ ਇਹ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀਗਾ ਇਹਦੇ ਜਿਹੜੇ ਰੂਮ ਮੇਟ ਸੀਗੇ ਤੇ ਦੋਸਤ ਸੀ ਉਹਨਾਂ ਨੇ ਪੁਲਿਸ ਤੱਕ ਰਿਪੋਰਟ ਕਰਾਈ ਸੀ ਕਿ ਇਹ ਨੌਜਵਾਨ ਲੱਭ ਨਹੀਂ ਰਿਹਾ ਤੇ ਹੁਣ ਇਹਦੀ ਲਾਸ਼ ਜਿਹੜੀ ਆ ਕੁਝ ਦਿਨ ਪਹਿਲਾਂ ਇੱਕ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਸ਼ੱਕੀ ਹਾਲਾਤ ਵਿੱਚ ਬਰਾਮਦ ਹੋਈ ਆ ਪੁਲਿਸ ਇਸ ਸਬੰਧੀ ਵੀ ਜਾਂਚ ਕਰ ਰਹੀ ਆ ਕਿ ਮੌਤ ਕਿਵੇਂ ਹੋਈ ਆ ਕੀ ਕੋਈ ਫਾਉਲ ਪਲੇ ਹੋਇਆ ਕੋਈ ਅਪਰਾਧੀ ਕਾਰਵਾਈ ਦੇ ਵਿੱਚ ਇਨਵੋਲਵ ਆ ਜਾਂ ਵੈਸੇ ਹੀ ਕੋਈ ਗੱਲ ਆ ਇਹ ਸਬੰਧੀ ਪੁਲਿਸ ਟੌਪਸੀ ਤੋਂ ਬਾਅਦ ਹੀ ਦੱਸ ਸਕਦੀ ਆ ਸੋ ਇਸ ਨੌਜਵਾਨ ਦਾ ਪਿੰਡ ਸਿੱਧੂਪੁਰ ਨਜ਼ਦੀਕ ਲੋਹਿਆਂ ਖਾਸ ਸੀਗਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਮਾਰਕੀਟ ਕਮੇਟੀ ਲੋਹਿਆਂ ਦੇ ਵਾਈਸ ਚੇਅਰਮੈਨ ਜਸਵੰਤ ਸਿੰਘ ਜੋਸ਼ਰ ਉਹਨਾਂ ਦਾ ਬੇਟਾ ਸੀਗਾ ਸੋ ਉਹਨਾਂ ਨੇ ਵੀ ਇਹੀ ਦੱਸਿਆ ਕਿ ਕੁਝ ਦਿਨਾਂ ਤੋਂ ਲਾਪਤਾ ਸੀ ਤੇ ਪਿਛਲੇ 4 ਸਾਲ ਤੋਂ ਤਕਰੀਬਨ ਇਹ ਕੈਨੇਡਾ ਰਹਿ ਰਿਹਾ ਸੀਗਾ ਤੇ ਜਦੋਂ ਲਾਪਤਾ ਹੋਣ ਤੋਂ ਬਾਅਦ ਰੂਮ ਮੇਟਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਤਾਂ ਫਿਰ ਕੁਝ ਦਿਨਾਂ ਬਾਅਦ ਉਹਦੀ Laash ਜਿਹੜੀ ਆ ਬਰਾਮਦ ਹੋਈ ਆ ਆ ਸਾਡੇ ਦਰਸ਼ਕ ਅਕਸਰ ਸਾਨੂੰ ਪੁੱਛਦੇ ਆ ਵੀ ਕੈਨੇਡਾ ਦੇ ਵਿੱਚ ਅਚਾਨਕ ਇੰਨੀਆਂ ਮੌਤਾਂ ਕਿਉਂ ਹੋ ਰਹੀਆਂ ਸੋ ਇਹਦੇ ਕਈ ਕਾਰਨ ਆ ਜਿਨ੍ਹਾਂ ਵਿੱਚੋਂ ਇੱਕ ਕਾਰਨ ਤਾਂ ਇਹ ਆ ਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਆਬਾਦੀ ਕਾਫੀ ਵੱਧ ਗਈ ਆ ਆਬਾਦੀ ਵਧਣ ਦੇ ਨਾਲ ਸਾਰਾ ਕੁਝ ਹੀ ਵੱਧ ਗਿਆ ਜਨਮ ਵੀ ਵਧ ਰਾਇਆ ਮੌਤਾਂ ਵੀ ਵਧ ਰਹੀਆਂ ਵਿਆਹ ਸ਼ਾਦੀਆਂ ਵੀ ਵਧ ਰਹੀਆਂ ਸਸਕਾਰ ਵੀ ਵਧ ਰਹੇ ਆ ਦੂਜਾ ਵੱਡਾ ਕਾਰਨ ਇਹ ਹੈ ਕਿ ਕੈਨੇਡਾ ਜਿਹੋ ਜਿਹਾ ਬਾਹਰੋਂ ਦੱਸਦਾ ਉਹੋ ਜਿਹਾ ਹੈ ਨਹੀਂ ਨਵੇਂ ਨੌਜਵਾਨ ਚਾਹੇ ਸਟੂਡੈਂਟ ਵੀਜ਼ੇ ਤੇ ਆਉਂਦੇ ਆ ਚਾਹੇ ਵਰਕ ਪਰਮਿਟ ਤੇ ਆਉਂਦੇ ਆ ਇੱਥੇ ਆ ਕੇ ਜਦੋਂ ਪਰਿਵਾਰਾਂ ਸਮੇਤ ਜਾਂ ਬਿਨਾਂ ਪਰਿਵਾਰਾਂ ਤੋਂ ਦੇਖਦੇ ਆ ਤਾਂ ਹਾਲਾਤ ਜਿਹੜੇ ਬੜੇ ਨਾਜ਼ੁਕ ਆ ਔਖੇ ਆ ਬਹੁਤ ਟਫ ਹਾਲਾਤ ਆ ਕਿਉਂਕਿ ਕੰਮ ਲੱਭਣਾ ਉਸ ਤੋਂ ਬਾਅਦ ਪੜ੍ਹਾਈ ਕਰਨੀ ਨਾਲ ਨਾਲ ਦੇ ਨਾਲ ਪੱਕੇ ਹੋਣ ਦੇ ਵਾਸਤੇ ਕੋਸ਼ਿਸ਼ ਕਰਨੀ ਹਰ ਪਾਸੇ ਗਿਰਜਾਂ ਬੈਠੀਆਂ ਲੁੱਟਣ ਨੂੰ ਤੇ ਇਸ ਸਾਰੇ ਮਾਹੌਲ ਦੇ ਵਿੱਚ ਅਕਸਰ ਜਿਹੜੇ ਨੌਜਵਾਨ ਆ ਚਾਹੇ ਉਹ ਮੁੰਡੇ ਆ ਕੁੜੀਆਂ ਆ ਵਰਕ ਪਰ ਮਟਾਲੇ ਆ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਆ ਮਾਨਸਿਕ ਤਣਾਅ ਨੂੰ ਦੂਰ ਕਰਨ ਦੇ ਵਾਸਤੇ ਕਈ ਨੌਜਵਾਨ ਨਸ਼ਿਆਂ 'ਚ ਲੱਗ ਜਾਂਦੇ ਆ ਨਸ਼ੇ ਜਿਹੜੇ ਆ ਉਹਨਾਂ ਦੇ ਵਿੱਚ ਗਲਤ ਪ੍ਰਕਾਰ ਦਾ ਸਮਾਨ ਪਾਇਆ ਜਾ ਰਿਹਾ ਫੈਂਟਨਲ ਵਗੈਰਾ ਉਹਦੇ ਕਰਕੇ ਵੀ ਮੌਤਾਂ ਹੋ ਰਹੀਆਂ ਸੋ ਕਈ ਕਾਰਨ ਆ ਮਾਨਸਿਕ ਤਣਾਅ ਕਾਰਨ ਹਾਰਟ ਅਟੈਕ ਹੋ ਰਹੇ ਆ ਮਾਸ਼ਕਤਨਾ ਦੇ ਕਾਰਨ ਨਸ਼ਿਆਂ ਦੇ ਵਿੱਚ ਨੌਜਵਾਨ ਜਾ ਰਹੇ ਆ ਤੇ ਨਸ਼ੇ ਜਿਹੜੇ ਅਖਰ ਮਾਰ ਰਹੇ ਆ ਸੋ ਕੁਝ ਬਿਮਾਰੀਆਂ ਕਿਲ ਰਹੀਆਂ ਹਾਰਟ ਐਟੈਕ ਵਗੈਰਾ ਵੀ ਹੋ ਰਹੇ ਆ ਕਰੋਨਾ ਦੇ ਟੀਕੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਕਹੇ ਜਾ ਰਿਹਾ ਕਿ ਉਹ ਵੀ ਇੱਕ ਕਾਰਨ ਆ ਸੋ ਇਹ ਇੱਕ ਕਾਰਨ ਨਹੀਂ ਹੈਗਾ ਬਹੁਤ ਸਾਰੇ ਕਾਰਨ ਆ ਜਿਨ੍ਹਾਂ ਦੇ ਕਾਰਨ ਪੰਜਾਬੀਆਂ ਦੀਆਂ ਕੈਨੇਡਾ ਦੇ ਵਿੱਚ ਮੌਤਾਂ ਵੱਧ ਰਹੀਆਂ ਤੇ ਸਾਨੂੰ ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਮਨਹੋਸ ਖਬਰ ਦੇਣੀ ਪੈਂਦੀ ਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਤੋਂ ਆਪਾਰ ਦੇ ਵਿੱਚ ਮੋਦੀ ਸਰਕਾਰ ਵੱਲੋਂ ਸਹਿਜਿਆਦਿਆਂ ਦਾ ਸ਼ਹੀਦੀ ਦਿਵਸ ਜਿਹੜਾ ਵੀਰ ਬਾਲ ਦਿਵਸ ਤੇ ਹੇਟ ਮਨਾਇਆ ਜਾ ਰਿਹਾ ਹੈ ਜਾਗਿਆ ਆ ਇਹ ਕੱਲੇ ਭਾਰਤ ਵਿੱਚ ਇਹ ਨਹੀਂ ਜਿੱਥੇ ਜਿੱਥੇ ਵੀ ਭਾਰਤੀ ਵੱਸਦੇ ਆ ਜਾਂ ਜਿੱਥੇ ਕੌਂਸਲ ਖਾਨੇ ਸੀਗੇ ਉਹਨਾਂ ਵੱਲੋਂ ਵੀ ਇਹ ਪ੍ਰਬੰਧ ਕੀਤੇ ਗਏ ਬੜਾ ਪੈਸਾ ਇਹਦੇ ਤੇ ਖਰਚਿਆ ਗਿਆ ਇਹ ਜਿਹੜਾ ਪ੍ਰੋਗਰਾਮ ਸਿਰਜਿਆ ਗਿਆ ਇਸ ਤਰੀਕੇ ਦੇ ਨਾਲ ਸਿਰਜਿਆ ਗਿਆ ਕਿ ਸਿੱਖਾਂ ਨੂੰ ਵੀ ਦੱਸਿਆ ਜਾਵੇ ਕਿ ਅਸੀਂ ਤੁਹਾਡੇ ਨਾਲ ਦੇ ਆ ਅਸੀਂ ਤੁਹਾਡੇ ਤੁਹਾਨੂੰ ਬਹੁਤ ਖੁਸ਼ ਕਰਨਾ ਚਾਹੁੰਦੇ ਆ ਪਰ ਗੱਲ ਇਹ ਹੈਗੀ ਆ ਕਿ ਸਿੱਖ ਖੁਸ਼ ਹੋਣ ਦੀ ਬਜਾਏ ਇਸ ਪ੍ਰੋਗਰਾਮ ਤੇ ਇਤਰਾਜ਼ ਕਰ ਰਹੇ ਆ ਇਤਰਾਜ਼ ਕਰਨ ਦਾ ਕਾਰਨ ਇਹ ਹੈ ਕਿ ਜਦੋਂ ਪਿਛਲੇ ਸਾਲ ਇਹ ਐਲਾਨ ਕੀਤਾ ਗਿਆ ਸੀਗਾ ਕਿ ਅਗਲੇ ਸਾਲ ਵੀਰ ਬਾਲਦੇਵਸ ਮਨਾਇਆ ਜਾਇਆ ਜਾਣਾ ਸਹਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਦੇ ਵਿੱਚ ਤਾਂ ਉਦੋਂ ਹੀ ਸ਼੍ਰੋਮਣੀ ਕੁੱਤਰ ਪੰਡ ਕਮੇਟੀ 8-8 ਪੰਨ ਤੱਕ ਜਥੇਬੰਦੀਆਂ ਇਥੋਂ ਤੱਕ ਜਹੇਦ ਅਕਾਲ ਤੱਕ ਸਾਹਿਬ ਨੇ ਵੀ ਇਤਰਾਜ਼ ਕੀਤਾ ਸੀਗਾ ਕਿ ਜਿਹੜਾ ਨਾਮਕਰਨ ਕੀਤਾ ਗਿਆ ਇਸ ਪ੍ਰੋਗਰਾਮ ਦਾ ਉਹ ਸਹੀ ਨਹੀਂ ਹੈਗਾ ਵੀਰਬਾਲ ਦਰਸ ਜਿਹੜਾ ਆ ਉਹਦੀ ਕੋਈ ਤੁਕ ਨਹੀਂ ਬਣਦੀ ਇਹ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਦੈਨੇ ਆ ਇਹਨੂੰ ਤੁਸੀਂ ਸਹਿਬਜ਼ਾਦਾ ਸਹਿਬਜ਼ਾਦੇ ਸ਼ਹਾਦਤ ਦੇ ਦਵਸ ਕਹਿ ਸਕਦੇ ਆ ਪਰ ਵੱਡਾ ਇਤਰਾਜ਼ ਇਸ ਗੱਲ ਦੇ ਉੱਤੇ ਸੋਇਆ ਕਿ ਇਹਨਾਂ ਨੂੰ ਬਾਲ ਕਿਹਾ ਜਾ ਰਿਹਾ ਸੋ ਇਹ ਟਰਮੀਨੋਲੋਜੀ ਜਿਹੜੀ ਆ ਉਹ ਗਲਤ ਵਰਤੀ ਜਾ ਰਹੀ ਹੈ ਨਾ ਗਲਤ ਵਰਤਿਆ ਜਾ ਰਿਹਾ ਆ ਸਿੱਖੀ ਦੇ ਵਿੱਚ ਕਿਸੇ ਨੂੰ ਸੰਬੋਧਨ ਕਰਨਾ ਜਿਹੜਾ ਆ ਉਹਦੇ ਆਪੋ ਆਪਣੇ ਤਰੀਕੇ ਆ ਹਮੇਸ਼ਾ ਸਿੱਖ ਕੌਮ ਨੇ ਜਿਹੜੇ ਸਹਿਬਜ਼ਾਦੇ ਆ ਉਹਨਾਂ ਨੂੰ ਬਾਬਾ ਆ ਕੇ ਸੰਬੋਧਨ ਕੀਤਾ ਜਦੋਂ ਵੀ ਕਿਤੇ ਲਿਖਿਆ ਜਦੋਂ ਵੀ ਕਿਤੇ ਬੋਲਿਆ ਚਾਹੇ ਪ੍ਰਚਾਰਕ ਸੀ ਜਾਂ ਆਮ ਲੋਕ ਹਮੇਸ਼ਾ ਇਹੀ ਕਹਿੰਦੇ ਆਏ ਆ ਕਿ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸੋ ਉਹਨਾਂ ਦੀ ਕੁਰਬਾਨੀ ਕਰਕੇ ਉਹਨਾਂ ਦੇ ਰੁਤਬੇ ਕਰਕੇ ਜਿਹੜਾ ਉਹਨਾਂ ਨੂੰ ਬਾਬੇ ਦਾ ਖਿਤਾਬ ਦਿੱਤਾ ਗਿਆ ਕਿ ਛੋਟੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਬਾਬਿਆਂ ਵਾਲੀਆਂ ਕਰ ਗਏ ਪਰ ਉਸ ਭਾਵਨਾ ਨੂੰ ਬਿਲਕੁਲ ਹੀ ਨਕਾਰ ਕੇ ਸੇਕ ਕੌਮ ਦੇ ਇਤਰਾਜ਼ਾਂ ਨੂੰ ਸ਼੍ਰੋਮਣੀ ਕਮੇਟੀ ਕਾਲ ਤੱਕ ਦੇ ਇਤਰਾਜ਼ਾਂ ਨੂੰ ਨਕਾਰ ਕੇ ਮੋਦੀ ਸਰਕਾਰ ਵੱਲੋਂ ਜ਼ਿੱਦ ਦੇ ਨਾਲ ਵੀਰਵਾਲ ਦੇਸ ਜਿਹੜਾ ਮਨਾਇਆ ਗਿਆ ਜਿਸ ਦੀ ਸਿੱਖਾਂ ਦੇ ਵੱਡੇ ਹਿੱਸੇ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਸਾਨੂੰ ਖੁਸ਼ ਕਰਨ ਦੇ ਵਾਸਤੇ ਇਹ ਦਿਨ ਮਨਾ ਰਹੇ ਆ ਤਾਂ ਫਿਰ ਜਿਹੜਾ ਨਾਮ ਕਰਨਿਆ ਉਹ ਸਹੀ ਹੋਣਾ ਚਾਹੀਦਾ ਆ ਸੋ ਜੇਕਰ ਤੁਸੀਂ ਚਾਹੁੰਦੇ ਆ ਕਿ ਸਿੱਖ ਭਾਈਚਾਰਾ ਖੁਸ਼ ਹੋਵੇ ਤਾਂ ਉਹਨਾਂ ਨੂੰ ਇਹ ਚੜਾਉਣ ਵਾਲੀ ਗੱਲ ਜਿਹੜੀ ਆ ਨਹੀਂ ਕਰਨੀ ਚਾਹੀਦੀ ਸੋ ਵੱਡੀ ਪੱਧਰ ਤੇ ਸਿੱਖ ਭਾਈਚਾਰੇ ਨੇ ਇਸ ਤੇ ਇਤਰਾਜ਼ ਕੀਤਾ ਆ ਬਾਕੀ ਜਿਹੜੇ ਆ ਕਹਿ ਸਕਦੇ ਆ ਕਿ ਚਾਪਲੂ ਸਿੱਖ ਉਹਨਾਂ ਦੀ ਵੀ ਗਿਣਤੀ ਕੋਈ ਘਟ ਨਹੀਂ ਹੈਗੀ ਜਿਹੜੇ ਵਧਾਈਆਂ ਵੀ ਲੈਦੇ ਰਹੇ ਆ ਤੇ ਇਸ ਕਦਮ ਨੂੰ ਚੰਗਾ ਵੀ ਦੱਸ ਰਹੇ ਆ ਸੋ ਉਹਨਾਂ ਨੂੰ ਇਸ ਟਰਮਨੋਲੋਜੀ ਦੇ ਨਾਲ ਕੋਈ ਇਤਰਾਜ਼ ਜਿਹੜਾ ਆ ਨਹੀਂ ਸੀਗਾ ਬਾਕੀ ਇੱਕ ਹੋਰ ਇਤਰਾਜ਼ ਇਸ ਗੱਲ ਦੇ ਉੱਤੇ ਹੋ ਰਿਹਾ ਕਿ ਆਰਐਸਐਸ ਵੱਲੋਂ ਭਾਜਪਾ ਵੱਲੋਂ ਮੋੜ ਤੋਂ ਇਸ ਤਰ੍ਹਾਂ ਦੀ ਟਰਮਨੋਲੋਜੀ ਵਰਤੀ ਜਾਂਦੀ ਆ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ ਹੈਗੇ ਹਿੰਦੂਆਂ ਦਾ ਹਿੱਸਾ ਸੀਗੇ ਤੇ ਆ ਹੈ ਤੇ ਹਿੰਦੂਆਂ ਨੂੰ ਬਚਾਉਣ ਦੇ ਵਾਸਤੇ ਇਹਨਾਂ ਨੇ ਇਹਨਾਂ ਦੀ ਜਿਹੜੀ ਆ ਸਥਾਪਨਾ ਗੁਰੂ ਸਾਹਿਬ ਵੱਲੋਂ ਕੀਤੀ ਗਈ ਸੀ ਜਦੋਂ ਕਿ ਗੱਲ ਸਰਾਸਰ ਝੂਠ ਆ ਗੁਰੂ ਸਾਹਿਬਾਨ ਦੀ ਲੜਾਈ ਜਿਹੜੀ ਆ ਜ਼ੁਲਮ ਦੇ ਨਾਲ ਸੀਗੀ ਕਿਸੇ ਧਰਮ ਦੇ ਨਾਲ ਨਹੀਂ ਸੀਗੀ ਇੱਕ ਪਾਸੇ ਉਹ ਮੁਗਲ ਹਕੂਮਤ ਦੇ ਨਾਲ ਜਿਹੜੀ ਕਿ ਮੁਸਲਮ ਧਰਮ ਦੀ ਧਾਰਨਾ ਸੀ ਉਹਨਾਂ ਨਾਲ ਜੂਝ ਰਹੇ ਸੀ ਦੂਜੇ ਪਾਸੇ ਬਾਈ ਤਾਰ ਦੇ ਪਹਾੜੀ Hindu ਰਾਜਿਆਂ ਨਾਲ ਉਹਨਾਂ ਨੂੰ ਜੂਝਣਾ ਪਿਆ 14 ਜੰਗਾਂ ਲੜੀਆਂ ਗਈਆਂ ਤੇ ਉਹਦੇ ਵਿੱਚ ਉਹ ਪਹਾੜੀ ਰਾਜੇ ਸ਼ਾਮਲ ਸੀ ਬਾਈ ਤਾਰ ਦੇ ਜਿਹਨਾਂ Hindu ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ 6ਵੇਂ ਪਾਸ਼ਾ ਸ਼੍ਰੀ ਹਰਗੋਬਿੰਦ ਸਾਹਿਬ ਨੇ 52 ਕਲੀਆਂ ਵਾਲਾ ਕੁਰਤਾ ਪਵਾ ਕੇ ਰਿਹਾਈ ਕਰਵਾਈ ਸੀ। ਸੋ ਜਿਹੜੀ ਇਹ ਗੱਲ ਕਹਿਣੀ ਆ ਕਿ ਜਿਹੜੀ ਗੁਰੂ ਸਾਹਿਬ ਦੀ ਕੁਰਬਾਨੀ ਆ ਜਾਂ ਗੁਰੂ ਸਾਹਿਬ ਦਾ ਸੰਘਰਸ਼ ਆ ਉਹ ਸਿਰਫ ਮੁਗਲਾਂ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਸੀਗਾ ਇਹ ਇੱਕ ਬਿਲਕੁਲ ਗਲਤ ਗੱਲ ਆ ਤੇ ਗਲਤ ਨੈਰੇਟਿਵ ਪੇਸ਼ ਕੀਤਾ ਗਿਆ। ਸੋ ਮੋਦੀ ਖਾਨ ਵੀ ਆਪਣੀ ਸਪੀਚ ਦੇ ਵਿੱਚ ਵੀ ਇਸ ਤਰੀਕੇ ਦੀ ਗੱਲ ਕੀਤੀ ਗਈ ਕਿ ਜਿਹੜੇ ਸਿੱਖ ਆ ਕੁਝ ਉਹ ਸੰਕੀਰਣ ਸੋਚ ਵਾਲੇ ਆ ਸੌੜੀ ਸੋਚ ਵਾਲੇ ਆ ਵੱਡੀ ਪਿਕਚਰ ਦੇਖਣੀ ਚਾਹੀਦੀ ਆ। ਸੋ ਮਤਲਬ ਇਹ ਕਿ ਸਿੱਖਾਂ ਦੇ ਨੈਰੇਟਿਵ ਨੂੰ ਆਪਣੇ ਹਿਸਾਬ ਦੇ ਨਾਲ ਸਿਰਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਜਦੋਂ ਸਾਰੀ ਸਿੱਖ ਕੌਮ ਨੂੰ ਇਹ ਪ੍ਰਵਾਨ ਨਹੀਂ ਹੋਇਆ ਕਿ ਸਾਡੇ ਸਹਬਜ਼ਾਦੇ ਜਿਹੜੇ ਆ ਉਹ ਬਾਬੇ ਆ ਸਾਡੇ ਬਾਲ ਨਹੀਂ ਹੈਗੇ ਫਿਰ ਵੀ ਚਲਾਉਣ ਦੀ ਖਾਤਰ ਜਾਨ ਬੁੱਝ ਕੇ ਇਹ ਦਿਨ ਜਿਹੜਾ ਇਸ ਨਾਮ ਦੇ ਹੇਠ ਮਨਾਇਆ ਗਿਆ ਹੁਣ ਇਸ ਗੱਲ ਨੂੰ ਲੈ ਕੇ ਵਿਦਵਾਨ ਲੇਖ ਲਿਖ ਰਹੇ ਆ ਬੁੱਧੀਜੀਵੀ ਭੁੱਲ ਰਹੇ ਆ ਕਿ ਮੋਦੀ ਹੁਣੇ ਗਲਤ ਕਰ ਰਹੇ ਆ ਰਾਮ ਮੰਦਰ ਯੁੱਧਿਆ ਦੇ ਵਿੱਚ ਉਹਦਾ ਜਿਹੜਾ ਨਹੀਂ ਪੱਥਰ ਰੱਖਿਆ ਗਿਆ ਉਹ ਵੀ ਧੱਕੇ ਦੇ ਨਾਲ ਗੁਰੂ ਨਾਨਕ ਪਾਸ਼ਾ ਨੂੰ ਰਾਮ ਅੰਦਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਗੁਰਤੇਗ ਭਦਰ ਸਾਹਿਬ ਜਿਹੜੇ ਕਿ ਧਰਮ ਦੀ ਚਾਦਰ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰੀ ਕਵੀ ਸੈਨਾਪਤ ਵੱਲੋਂ ਸ੍ਰੀ ਗੁਰੂ ਸਿੰਘ ਸੋਭਾ ਗ੍ਰੰਥ ਦੇ ਵਿੱਚ ਧਰਮ ਦੀ ਚਾਦਰ ਕਿਹਾ ਗਿਆ ਉਹਨਾਂ ਨੂੰ ਪਰ ਇਹਨਾਂ ਨੂੰ ਹੁਣ ਹਿੰਦ ਦੀ ਚਾਦਰ ਕਹਿ ਕੇ ਜਿਹੜਾ ਪ੍ਰਚਾਰਿਆ ਜਾ ਰਿਹਾ। ਸੋ ਕੁੱਲ ਮਿਲਾ ਕੇ ਇਹ ਨੈਰੇਟਿਵ ਦਿੱਤਾ ਜਾ ਰਿਹਾ। ਇਹ ਵਰਤਾਂਤ ਪੇਸ਼ ਕੀਤਾ ਜਾ ਰਿਹਾ। ਵੀ ਜਿਹੜੇ ਗੁਰੂ ਸਾਹਿਬਾਨ ਸਗੇ ਕੁਰਾਨ ਕੁਸ਼ਾਸ਼ਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜਾਂ ਉਹਨਾਂ ਦੇ ਗਾਂ ਪਰਿਵਾਰ ਇਹਨਾਂ ਨੇ ਭਾਰਤ ਦੀ ਆਜ਼ਾਦੀ ਦੇ ਵਾਸਤੇ ਲਈ ਆ ਆ ਲੜਾਈ ਲੜੀ ਹੈ ਕੁਰਬਾਨੀਆਂ ਦਿੱਤੀਆਂ ਆ ਤੇ ਭਾਰਤ ਨੂੰ ਯਾਦ ਕਰਾਉਣ ਦੇ ਵਾਸਤੇ ਹਿੰਦੂ ਧਰਮ ਨੂੰ ਯਾਦ ਕਰਾਉਣ ਵਾਸਤੇ ਜਿਹੜਾ ਇਹ ਇਹਨਾਂ ਨੇ ਆਪਣਾ ਸਮਾਂ ਬਤੀਤ ਕੀਤਾ ਜਦੋਂ ਕਿ ਕੱਲ ਸੱਚ ਨਹੀਂ ਹੈਗੀ ਗੁਰੂ ਸਾਹਿਬ ਦੀ ਲੜਾਈ ਕਿਸੇ ਧਰਮ ਦੇ ਵਿਰੁੱਧ ਜਾਂ ਕਿਸੇ ਧਰਮ ਦੇ ਹੱਕ ਚ ਨਹੀਂ ਸੀ ਬਲਕਿ ਉਹ ਜ਼ੁਲਮ ਦੇ ਵਿਰੁੱਧ ਲੜ ਰਹੇ ਸਕੇ ਸੋ ਜਿਵੇਂ ਬੋਧੀਆਂ ਨੂੰ ਜੈਨੀਆਂ ਨੂੰ ਜਜ਼ਬ ਕੀਤਾ ਗਿਆ ਸਿਮੂਲੇਟ ਕੀਤਾ ਗਿਆ ਉਸ ਤਰੀਕੇ ਦੇ ਨਾਲ ਹੀ ਸਿੱਖਾਂ ਨੂੰ ਜਜ਼ਬ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਗੱਲ ਆ ਵੀ ਜਦੋਂ ਸੰਗੀ ਕੁਝ ਕਹਿੰਦੇ ਆ ਤਾਂ ਫਿਰ ਉਸ ਤੋਂ ਬਾਅਦ ਨਾਲ ਹੀ ਜਿਹੜੇ ਨਾਸਤਿਕ ਨੇ ਜਾਂ ਕਈ ਖੌਤੀ ਕਾਮਰੇਡ ਨੇ ਉਹ ਵੀ ਇਹੋ ਜਿਹਾ ਪ੍ਰਚਾਰ ਕਰਦੇ ਆ ਹਾਲਾਂਕਿ ਨਾਸਤਿਕਾਂ ਦਾ ਕੋਈ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਖੌਤੀ ਕਾਮਰੇਡ ਆ ਉਹ ਕਹਿੰਦੇ ਇਸ ਧਰਮ ਨੂੰ ਮੰਨਦੇ ਨਹੀਂ ਉਹਨਾਂ ਨੂੰ ਆਪਣੇ ਕੰਮਾਂ ਦੇ ਵਿੱਚ ਮਗਨ ਰਹਿਣਾ ਚਾਹੀਦਾ ਪਰ 24 ਘੰਟੇ 7 ਦਿਨ 365 ਦਿਨ ਉਹ ਕਹਿ ਸਕਦੇ ਆ ਕਿ ਸਿੱਖਾਂ ਦੇ ਧਰਮ ਦੇ ਵਿੱਚ ਰਵੈਤਾਂ ਦੇ ਵਿੱਚ ਆ ਕੇ ਲਾਤੜਾਉਂਦੇ ਆ ਤੇ ਹੁਣ ਇਤਕੀ ਨਵੀਂ ਗੱਲ ਕੱਢ ਮਾਰੀ ਕਿ ਗੰਗੂ ਕੋਈ ਪਾਤਰ ਹੋਇਆ ਨਹੀਂ ਹੈਗਾ ਉਹ ਕਹਿੰਦੇ ਵੀ ਇਹ ਜਿਹੜਾ ਪਾਤਰ ਸਿਰਜਿਆ ਗਿਆ ਸਿੱਖ ਇਤਿਹਾਸ ਦੇ ਵਿੱਚ ਕੁਝ ਪ੍ਰਚਾਰਕਾਂ ਵੱਲੋਂ ਇਸ ਕਰਕੇ ਸਿਰਜਿਆ ਗਿਆ ਤਾਂ ਕਿ ਸਿੱਖ ਜਿਹੜੇ ਆ Hindu ਧਰਮ ਦੇ ਨਾਲ ਨਫ਼ਰਤ ਕਰਨ ਲੱਗਣ ਜਾਂ Hindu ਧਰਮ ਨੂੰ ਨੀਵਾਂ ਦਿਖਾਉਣ ਦੇ ਵਾਸਤੇ ਪਾਤਰ ਸਿਰਜਿਆ ਗਿਆ। ਸੋ ਜੇਕਰ ਗੱਲ ਇਤਿਹਾਸ ਦੀ ਕਰੀ ਤਾਂ ਇੱਕ ਨਹੀਂ ਅਨੇਕਾਂ ਜਿਹੜੇ ਹਵਾਲੇ ਮੌਜੂਦ ਆ ਜਿਨ੍ਹਾਂ ਦੇ ਵਿੱਚ ਇਹ ਦੱਸ ਸਕਦੇ ਆ ਵੀ ਗੰਗੂ ਪਾਤਰ ਸੀ। ਅਜੇ ਕਿਸੇ ਨੂੰ ਉਹ ਹਵਾਲੇ ਚਾਹੀਦੇ ਹੁਣ ਮੈਂ ਭੇਜ ਵੀ ਸਕਦਾ ਆ। ਪਰ ਗੱਲ ਹੈਗੀ ਆ ਕਿ ਉਸ ਤੋਂ ਬਾਅਦ ਦੀ ਗੱਲ ਕਿ ਇਹ ਪ੍ਰਚਾਰਕ ਕਹਿ ਰਹੇ ਜੀ ਇਹ ਪਾਤਰ ਜਿਹੜਾ ਘੜਿਆ ਇਸ ਕਰਕੇ ਗਿਆ ਆਕੇ ਹਿੰਦੂਆਂ ਦੇ ਨਾਲ ਨਫ਼ਰਤ ਹੋ ਸਕੇ ਹੁਣ ਜੇਕਰ ਸੁਧਾਰ ਦੇ ਉੱਤੇ ਵੀ ਦੇਖੀਏ ਤਾਂ ਆਪਾਂ ਜਾਣਦੇ ਆ ਜਿਵੇਂ ਪਹਿਲਾਂ ਗੱਲ ਕੀਤੀ ਆ ਆ ਕਿ ਗੁਰੂ ਪਰਿਵਾਰ ਦੇ ਉੱਤੇ ਪਹਾੜੀ ਹਿੰਦੂ ਰਾਜਾਂ ਨੇ ਹਮਲਾ ਕੀਤਾ ਸੂਬੇ ਦੀ ਕਚਹਿਰੀ ਦੇ ਵਿੱਚ ਦੀਵਾਨ ਸੁਚਾਨੰਦ ਇੱਕ ਹਿੰਦੂ ਜਿਹੜਾ ਆ ਉਹ ਇਹ ਕਹਿ ਰਿਹਾ ਕਿ ਜਿਹੜੇ ਸੱਪ ਦੇ ਬੱਚੇ ਸੁਪੂੜੀਏ ਹੁੰਦੇ ਇਹਨਾਂ ਦੇ ਜਾਂ ਜੰਮਦਿਆਂ ਦੇ ਸਿਰ ਮਿੱਧਣੇ ਚਾਹੀਦੇ ਆ ਉਸ ਤੋਂ ਬਾਅਦ ਦੇ ਵਿੱਚ ਲਖਪਤ ਰਾਏ ਜਸਪਤ ਰਾਏ ਦਾ ਇਤਿਹਾਸ ਹੁੰਦਾ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਜਿਹੜੇ ਕਤਲ ਕਰਾਏ ਮੁਗਲ ਹਕੂਮਤ ਦੇ ਨਾਲ ਲੜ ਕੇ ਸੋ ਇਹ ਕਾਰਨ ਬਹੁਤ ਸਗੇ ਜੇ ਸਿੱਖਾਂ ਨੇ ਹਿੰਦੂਆਂ ਨੇ ਨਾਲ ਨਾਫਰਤ ਹੀ ਕਰਨੀ ਹੁੰਦੀ ਪਰ ਇਹ ਗੱਲ ਬਿਲਕੁਲ ਝੂਠ ਆ ਸਿੱਖ ਨਾ ਹਿੰਦੂਆਂ ਦੇ ਨਾਲ ਨਾ ਮੁਸਲਮਾਨਾਂ ਦੇ ਨਾਲ ਨਾ ਕਿਸੇ ਹੋਰ ਧਰਮ ਦੇ ਨਾਲ ਬਿਲਕੁਲ ਵੀ ਨਾਫਰਤ ਨਹੀਂ ਕਰਦੇ ਜੇਕਰ ਕੋਈ ਅਜਿਹੀ ਗੱਲ ਹੁੰਦੀ ਤਾਂ ਉਹ 1947 ਦੇ ਵਿੱਚ ਆਪਣਾ ਭੂਿਕ ਹਿੰਦੂਆਂ ਦੇ ਨਾਲ ਜੋੜ ਕੇ ਭਾਰਤ ਵੱਲ ਨਾ ਆਉਂਦੇ ਸੋ ਇਸ ਕਰਕੇ ਇੱਕ ਬੇਲੋੜਾ ਪ੍ਰਚਾਰਕ ਬੇਲੋੜੇ ਨੇਰੇਟਿਵ ਜਿਹੜੇ ਆ ਉਹ ਸੱਜੇ ਜਾ ਰਹੇ ਆ ਜਦੋਂ ਕਿ ਸਿੱਖਾਂ ਨੂੰ ਦੀਵਾਨ ਕੋੜਾ ਮਾਲ ਦੇ ਉੱਤੇ ਬੂਤੀਰਾਮ ਮਹਿਰਾਜੀ ਦੇ ਉੱਤੇ ਕੰਮੇ ਮਾਸ਼ਕੀ ਤੇ ਬੀਬੀ ਲక్ష్ਮੀ ਉਹਨਾਂ ਦੇ ਉੱਤੇ ਦੀਵਾਨ ਟੋਡਰ ਮਾਲ ਉਹਨਾਂ ਦੇ ਉੱਤੇ ਅੰਤਾਂ ਦਾ ਮਾਣ ਆ ਜਿਹੜੇ ਕਿ ਹਿੰਦੂ ਧਰਮ ਦੇ ਨਾਲ ਜੁੜੇ ਹੋਏ ਸੀਗੇ ਸੋ ਇੱਕ ਧਰਮ ਦੇ ਨਾਂ ਦੇ ਉੱਤੇ ਇੱਕ ਵੱਖਰਾ ਨੇਰੇਟਿਵ ਸੱਜ ਕੇ ਇੱਕ ਗਲਤ ਪ੍ਰਚਾਰ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਜਦੋਂ ਕਿ ਅਜਹੀ ਗੱਲ ਸਿੱਖ ਧਰਮ ਦੇ ਵਿੱਚ ਕੋਈ ਵੀ ਨਹੀਂ ਹੁੰਦੀ ਚੰਗੇ ਮਾੜੇ ਬੰਦੇ ਹਰੇਕ ਧਰਮ ਦੇ ਵਿੱਚ ਹੁੰਦੇ ਆ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਚੜਾਉਣ ਦੇ ਵਾਸਤੇ ਜਾਣ ਬੁੱਝ ਕੇ ਸਹਿਬਜ਼ਾਦੇ ਸ਼ਹਾਦਤ ਦੇਵਸ ਨੂੰ ਵੀਰਪਾਲ ਦਿਵਸ ਤੇ ਥੱਲੇ ਮਨਾਇਆ ਗਿਆ ਇਹਦੇ ਉੱਤੇ ਲੋਕ ਜਿਹੜੇ ਆ ਇਤਰਾਜ਼ ਵੀ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੀਦਾ ਵੀ ਆ ਕਿ ਸਿੱਖ ਸਿਆਸੀ ਪਾਰਟੀਆਂ ਨੂੰ ਸਿੱਖ ਧਾਰਮਿਕ ਪਾਰਟੀਆਂ ਨੂੰ ਇਹ ਮੁੱਦਾ ਭਾਰਤ ਸਰਕਾਰ ਤੱਕ ਜ਼ੋਰ ਦੇ ਕੇ ਚੁਕਾਉਣ ਕਿ ਜੇਕਰ ਤੁਸੀਂ ਇਹ ਦਾਵਾ ਕਰਦੇ ਆ ਕਿ ਸਿੱਖ ਜਿਹੜੇ ਆ ਉਹਨਾਂ ਨੇ ਇਸੇ ਕਿਤੇ ਦੇ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਆ ਕੁਝ ਧਰਮਾਂ ਦੇ ਵਾਸਤੇ ਕੁਝ ਲੋਕਾਂ ਦੇ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਨੂੰ ਫਿਰ ਚੜਾਉਣ ਦੀ بجائے ਉਹ ਕਰੋ ਜੋ ਉਹ ਕਰਨ ਲਈ ਕਹਿੰਦੇ ਆ ਜੋ ਉਹਨਾਂ ਦੇ ਧਰਮ ਦੇ ਮੁਤਾਬਕ ਸਹੀ ਆ ਸੋ ਵੀਰ ਬਗਲ ਦੇ ਉਸ ਮਨਾਉਣਾ ਕਦੀ ਵੀ ਸਹੀ ਨਹੀਂ ਹੈਗਾ ਇਹ ਸਹਿਬਜ਼ਾਦੇ ਸ਼ਹਾਦਤ ਦੇ ਥੱਲੇ ਮਨਾਇਆ ਜਾਂਦਾ ਤਾਂ ਚੰਗੀ ਗੱਲ ਹੋਣੀ ਸੀ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ ਕੱਲ ਨੂੰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ